ਦਾਨ ਸਾਹਿਬ ਗੱਲ ਇਹ ਹੈ ਵੀ ਆਹ ਬੋਤਲ ਇੱਥੇ ਪਈ ਹੈ ਜੀ, ਇਹ ਇਸ ਤਰੀਕੇ ਨਾਲ ਜਿਹੜਾ ਨਾ ਤੁਸੀਂ ਚੁੱਕਣੀ ਹੈ, ਇਹਨੂੰ ਇੰਜ ਚੱਕ ਦੇਣਾ, ਅਗਰ ਤੁਹਾਡੇ ਦੋਵਾਂ ਦੇ ਵਿੱਚੋਂ ਕੋਈ ਬੰਦਾ ਇਸ ਬੋਤਲ ਨੂੰ ਲਵੇ ਚੱਕ, ਇਹ ਦੋ ਉਂਗਲਾਂ ਨਾਲ ਠੀਕ ਹੈ, ਇਸ ਤਰ੍ਹਾਂ ਤੁਸੀਂ ਚੁੱਕਣੀ ਹੈ। ਅਗਰ ਤੁਸੀਂ ਚੁੱਕ ਲਵੋ ਤਾਂ ਮੈਂ ਜਨਾਬ ਆਹ 1000 ਰੁਪਈਆ ਜਨਾਬ ਮੈਂ ਤੁਹਾਨੂੰ ਇਨਾਮ ਦੇਵਾਂਗਾ, ਇਹ ਪਿਆ ਇਹ ਚੁੱਕੋ। ਸਦਾਮ ਸਾਹਿਬ ਮੈਂ ਉਠਾਤਾ ਹੂੰ, ਮੈਂ ਉਠਾਤਾ ਹੂੰ, ਮੈਂ ਚਾਹਾਂਗਾ, ਮੈਂ ਉਠਾਤਾ ਚਾਹਾਂਗਾ, ਮੈਂ ਚੱਕੋ ਚੱਕੋ, ਜਿਹੜਾ ਚੱਕੇਗਾ ਉਹਨੂੰ 1000 ਰੁਪਈਆ ਇਨਾਮ ਹੈ। ਸਦਾਮ ਸਾਹਿਬ ਹੁਣ ਦੇਖੋ, ਅਗਰ ਇਹ ਬੋਤਲ ਤੁਹਾਨੂੰ ਮੈਂ ਚੁੱਕ ਕੇ ਵਿਖਾਵਾਂਗਾ, ਹਾਂਜੀ ਇਹ ਮੈਂ ਤੁਹਾਨੂੰ ਚੁੱਕ ਕੇ ਦਿਖਾਵਾਂਗਾ, ਇਹਨਾਂ ਦੋਨਾਂ ਉਂਗਲਾਂ ਨਾਲ, ਇਹ ਦੋਨੋਂ ਉਂਗਲਾਂ ਨਾਲ ਮੈਂ ਤੁਹਾਨੂੰ ਜਨਾਬ ਚੁੱਕ ਕੇ ਦਿਖਾਵਾਂਗਾ ਕਿਸ ਤਰ੍ਹਾਂ ਬੋਤਲ ਚੁੱਕੀ ਜਾਂਦੀ ਹੈ। ਤੁਹਾਡੇ ਚੋਂ ਅਗਰ ਕੋਈ ਚੁੱਕਦਾ ਹੈ ਤਾਂ 1000 ਰੁਪਈਆ ਇਹ ਪਿਆ ਤੁਹਾਡੇ। ਹੋਰ ਟਰਾਈ ਕਰ ਲਵਾਂ? ਕਰ ਲਓ ਟਰਾਈ, ਇੱਕ ਦਫ਼ਾ ਬਿਲਕੁਲ ਕਰੋ ਕਰੋ। ਇਹ ਨਹੀਂ ਚੁੱਕੀ ਜਾਂਦੀ ਜਨਾਬ, ਨਹੀਂ ਚੁੱਕੀ ਜਾਣੀ, ਨਹੀਂ ਚੁੱਕੀ ਜਾਂਦੀ, ਤੁਸੀਂ ਚਾਹ ਦਿਖਾਓ ਸਾਨੂੰ। ਇਹ ਮੈਂ ਤੁਹਾਨੂੰ ਹੁਣ ਚੁੱਕ ਕੇ ਦਿਖਾਉਣਾ, ਇਹ ਦੇਖੋ ਜੀ, ਇਹ ਮੇਰੇ ਹੱਥ ਨੂੰ ਵੇਖੋ ਭਾਈ ਨੂੰ, ਥੱਲੇ ਹੱਥ ਰਗੜੋ ਪਹਿਲੇ, ਅਲਫੀ ਉਲਫੀ ਤਾਂ ਨਹੀਂ ਹੈ? ਨਹੀਂ ਨਹੀਂ ਨਹੀਂ, ਚੈੱਕ ਕਰ ਲਓ ਭਾਈ, ਕੋਈ ਚੀਜ਼ ਨਹੀਂ ਹੈ ਭਾਈ, ਠੀਕ ਹੈ। ਆਹ ਦੇਖੋ, ਇਹ ਦੇਖੋ ਜਨਾਬ, ਇਹ ਚੁੱਕੀ ਉਹ, ਆਹ ਲਓ, ਆਹ ਆਹ ਦੇਖੋ, ਹੱਥ ਚੈੱਕ ਕਰਾ, ਆਹ ਦੇਖੋ, ਇਹ ਦੇਖੋ, ਆਪ ਦਿਖਾਏ ਰੱਖ ਦਿੱਤੇ, ਇਹ ਸਰ 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 ਦੇਖੋ ਨਾ, ਇਹ ਦੇਖੋ, ਨਹੀਂ ਨਹੀਂ ਅਲਫੀ ਉਲਫੀ ਤਾਂ ਨਹੀਂ ਹੈ, ਕੋਈ ਚੀਜ਼ ਨਹੀਂ ਹੈ ਜਨਾਬ, ਕੋਈ ਚੀਜ਼ ਨਹੀਂ ਹੈ ਸਰ। ਯੇ ਲਓ ਯਾਰ, ਇਹ ਕੈਸੇ ਕੀਆ ਆਪਨੇ, ਇਹ ਕੈਸੇ ਕੀਆ ਹੈ? ਇਹ ਜਨਾਬ ਹੱਥ ਮੇਂ ਟੈਲੈਂਟ ਹੈ, ਠੀਕ ਹੈ, ਔਰ ਇਸਮੇਂ ਕੋਈ ਜਾਦੂ ਨਹੀਂ ਹੈ, ਕੋਈ ਚੀਜ਼ ਲਗਾਈ ਨਹੀਂ ਹੋਈ ਹੈ, ਠੀਕ ਹੈ, ਇਹ ਥੋੜਾ ਸਾ ਤਜਰਬੇ ਸੇ ਉਠਾਈ ਜਾਤੀ ਹੈ, ਦੇਖੇ, ਓ ਭਾਈ ਸਾਹਿਬ, ਮੈਂ ਵੀ ਲੈ ਕੇ ਆਉਂ, ਠੀਕ ਹੈ, ਇਹ ਆਪਸੇ ਨਹੀਂ ਉਠਾਈ ਜਾਏਗੀ। ਅਬ ਇਹ 1000 ਰੁਪਇਆ ਜਨਾਬ ਮੇਰਾ ਹੁਆ, ਔਰ ਇਹ ਜਨਾਬ ਇਹ ਦੇਖੋ ਜੀ, ਸਦਾਮ ਸਾਹਿਬ ਮੈਂ ਤੁਹਾਨੂੰ ਜਨਾਬ 1500 ਰੁਪਇਆ ਦੇਣਾ, ਠੀਕ ਹੈ, ਤੁਸੀਂ ਚੁੱਕੋ, ਹੈਲੋ ਚੁੱਕੋ, ਮੈਂ ਉਠਾਤਾ, ਮੈਂ ਉਠਾ ਕੇ ਚੈੱਕ ਕਰੋ, ਮੈਂ ਉਠਾਤਾ, ਸਦਾਮ ਸਾਹਿਬ ਚੁੱਕੋ, ਇਹ 1500 ਰੁਪਇਆ ਜਨਾਬ ਤੁਹਾਡਾ, ਇਹ ਪਿਆ, ਇਹ ਪਿਆ ਜਨਾਬ, ਵੈਰੀ ਗੁੱਡ।